खेती कानूनों का पंजाब दे विच लगातार विरोध हो रहा है। दिल्ली दे विच किसान लगातार किसानी मोर्चे दे विच डटे हुए ने ते पंजाब दे विच भी किसानों वालों वक्खो वक्खरे ढंग नाल केंद्र सरकार खिलाफ रोस जताया जा रहा है। इस दे चलदे लुधियाणा दे गिल्ला पिंड विच समूह किसान वीरां वालों जिथे लोहड़ी मनाई गई उत्थे ही केंद्र सरकार दे खिलाफ पिट स्यापा भी किया गया। केंद्र सरकार खिलाफ अपना रोस प्रगट करदिआं किसानों ने मीडिया नाल गलबात करदिआं कहा कि उन्हां वालों मोदी सरकार दे खिलाफ ਅਤੇ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਨੂੰ ਉਹ ਚੇਤਾਵਨੀ ਦਿੰਦੇ ਹਨ ਕਿ ਜੋ ਖੇਤੀ ਕਾਨੂੰਨ ਲਾਗੂ ਕੀਤੇ ਗਏ ਹਨ ਉਹ ਹਰ ਹਾਲਤ ਵਿੱਚ ਵਾਪਸ ਲਏ ਜਾਣ, ਜੇਕਰ ਨਹੀਂ ਲਏ ਜਾਂਦੇ ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਅਸੀਂ ਅੱਜ ਪਿੰਡ ਗਿੱਲ, ਜੋ ਸਾਡਾ ਡੇਲੋ ਵਾਲਾ ਦਰਵਾਜ਼ਾ ਹੈ, ਉੱਥੇ ਅਸੀਂ ਹਰ ਸਾਲ ਸਾਡੇ ਬਜ਼ੁਰਗ ਪੁਰਾਣੇ ਸਮਿਆਂ ਤੋਂ ਧੂਣੀ ਬਾਲਦੇ ਆਏ ਨੇ ਲੋਹੜੀ ਵਾਲੇ ਦਿਨ। ਅੱਜ ਸਾਡੇ ਸਾਰੇ ਨੌਜਵਾਨ ਅਤੇ ਬਜ਼ੁਰਗਾਂ ਨੇ ਰਲ ਕੇ ਫਿਰ ਧੂਣੀ ਬਾਲੀ ਆ ਅਤੇ ਉੱਥੇ ਰੋਸ ਵਜੋਂ ਜੋ ਕੇਂਦਰ ਸਰਕਾਰ ਨੇ ਇਹ ਕਾਲੇ ਕਾਨੂੰਨ ਕਿਸਾਨਾਂ 'ਤੇ ਧੱਕੇ ਨਾਲ ਥੋਪਣ ਦੀ ਤਿਆਰੀ ਕੀਤੀ ਆ, ਉਹਨਾਂ ਦੀਆਂ ਕਾਨੂੰਨ ਦੀਆਂ ਕਾਪੀਆਂ ਜਾਲੀਆਂ ਨੇ ਅਸੀਂ, ਅਤੇ ਇਹ ਰੋਸ ਜ਼ਾਹਰ ਕਰਦੇ ਹੋਏ ਸੈਂਟਰ ਸਰਕਾਰ ਨੂੰ ਇੱਕ ਵਾਰਨਿੰਗ ਦਿੰਦੇ ਹਾਂ ਵੀ ਉਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਅਸੀਂ ਇਹ ਕਾਨੂੰਨ ਕਿਸੇ ਹਾਲਤ ਵਿੱਚ ਲਾਗੂ ਨਹੀਂ ਹੋਣ ਦੇਣਾ, ਅਸੀਂ ਇਹ ਰੱਦ ਕਰਵਾ ਕੇ ਹਟਾਂਗੇ। ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਦਿੱਲੀ ਦੇ ਵਿੱਚ ਜੋ ਸੰਘਰਸ਼ ਚੱਲ ਰਿਹਾ ਸਾਡੇ ਪਿੰਡ ਤੋਂ ਲਗਾਤਾਰ ਸੰਗਤਾਂ ਉਸ ਵਿੱਚ ਹਿੱਸਾ ਪਾ ਰਹੀਆਂ ਨੇ ਅਤੇ ਪੱਕੇ ਮੋਰਚੇ ਲੱਗੇ ਹੋਏ ਨੇ। ਅੱਗੇ ਵੀ 26 ਜਨਵਰੀ ਨੂੰ ਜਿਵੇਂ ਵੀ ਕਾਲ ਆਊਗੀ ਬਈ ਜਥੇਬੰਦੀਆਂ ਦੀ ਵੀ ਅਸੀਂ ਉੱਥੇ ਸੰਘਰਸ਼ ਨੂੰ ਜੋ ਵੀ ਰੂਪਰੇਖਾ ਦੇਣੀ ਹੈ ਉਸ ਵਿੱਚ ਵੀ ਸਾਡੇ ਪਿੰਡ ਤੋਂ ਵੱਡੇ ਰੂਪ ਦੇ ਵਿੱਚ ਅਸੀਂ ਕਾਫਲੇ ਲੈ ਕੇ ਜਾਵਾਂਗੇ ਅਤੇ ਇਹ ਕਾਨੂੰਨ ਰੱਦ ਕਰਵਾ ਕੇ ਜੋੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਾਈਮ ਮੋਦੀ ਲਈ ਲੁਧਿਆਣਾ ਤੋਂ ਤਰਲੋਚਨ ਸਿੰਘ ਗਿੱਲਾਂ ਦੀ ਰਿਪੋਰਟ।